ਕਿ ਪੱਗ ਸਿਰਫ ਅਤੇ ਸਿਰਫ ਉਹ ਇਨਸਾਨ ਹੀ ਬਣ ਸਕਦਾ ਜਿਸ ਨੇ ਸਿੱਖ ਧਰਮ ਕੀ ਕੋਈ ਮੁਸਲਮਾਨ ਵੀਰ ਕੋਈ ਹਿੰਦੂ ਵੀਰ ਪੱਗ ਨਹੀਂ ਬਣ ਸਕਦਾ। ਇਹ ਵੀਰ ਹੈ ਕੁਲਵਿੰਦਰ ਸ਼ਰਮਾ। ਜੀ ਹਾਂ, ਕੁਲਵਿੰਦਰ ਸ਼ਰਮਾ। ਇਹ ਵੀਰ ਹਿੰਦੂ ਧਰਮ ਨਾਲ ਸੰਬੰਧ ਰੱਖਦਾ, ਪਰ ਸਿਰ 'ਤੇ ਦਸਤਾਰ ਅਤੇ ਦਾੜ੍ਹੀ ਦੇਖ ਕੇ ਸ਼ਾਇਦ ਤੁਸੀਂ ਵੀ ਭੁਲੇਖਾ ਖਾ ਗਏ ਹੋਵੋਗੇ। ਵੀਰ ਨੇ ਆਪਣੀ ਫੇਸਬੁੱਕ ਪੋਸਟ 'ਤੇ ਸਵਾਲ ਕੀਤਾ ਹੈ ਕਿ ਉਹ ਰੁਜ਼ਗਾਰ ਲਈ ਇੰਟਰਵਿਊ ਦੇਣ ਗਿਆ ਸੀ। ਜਦੋਂ ਉਸਨੇ ਆਪਣਾ ਨਾਮ ਦੱਸਿਆ ਤਾਂ ਇੰਟਰਵਿਊ ਲੈਣ ਵਾਲੇ ਨੇ ਹੈਰਾਨ ਹੋ ਕੇ ਪੁੱਛਿਆ ਕਿ ਤੂੰ ਤਾਂ ਹਿੰਦੂ ਹੈ, ਫਿਰ ਪੱਗ ਕਿਵੇਂ ਬੰਨ ਲਈ? ਪੱਗ ਤਾਂ ਬੰਨੀ, ਪਰ ਸ਼ਰਮੇ ਤਾਂ ਕਲੀਨ ਸ਼ੇਵ ਹੁੰਦੇ ਹਨ ਅਤੇ ਤੂੰ ਦਾੜ੍ਹੀ ਵੀ ਰੱਖੀ ਹੋਈ ਹੈ। ਕੁਲਵਿੰਦਰ ਸ਼ਰਮਾ ਵੀਰ ਨੇ ਹੁਣ ਸਵਾਲ ਕੀਤਾ ਹੈ ਕਿ ਕੀ ਹਿੰਦੂ ਹੋ ਕੇ ਉਹ ਦਸਤਾਰ ਨਹੀਂ ਬਣ ਸਕਦਾ ਜਾਂ ਦਾੜ੍ਹੀ ਨਹੀਂ ਰੱਖ ਸਕਦਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੇਰਾ ਇੱਕ ਸਵਾਲ ਆ ਤੁਹਾਨੂੰ ਸਾਰਿਆਂ ਨੂੰ, ਉਸਦਾ ਜਵਾਬ ਤੁਸੀਂ ਦੇਣਾ। ਉਸਦੇ ਬਾਅਦ ਮੈਂ ਡਿਸਾਈਡ ਕਰੂੰਗਾ ਕਿ ਮੈਂ ਕੀ ਕਰਨਾ। ਕਿ ਪੱਗ ਸਿਰਫ ਅਤੇ ਸਿਰਫ ਉਹ ਇਨਸਾਨ ਹੀ ਬਣ ਸਕਦਾ ਜਿਸ ਨੇ ਸਿੱਖ ਧਰਮ ਦੇ ਵਿੱਚ ਜਨਮ ਲਿਆ, ਸਿੱਖ ਪਰਿਵਾਰ ਦੇ ਵਿੱਚ ਜਨਮ ਲਿਆ। ਕੀ ਕੋਈ ਮੁਸਲਮਾਨ ਵੀਰ ਕੋਈ ਹਿੰਦੂ ਵੀਰ ਪੱਗ ਨਹੀਂ ਬਣ ਸਕਦਾ? ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਜਾਤ ਪਾਤ ਖਤਮ ਕਰਨੀ ਹੈ, ਇੱਕ ਪਾਸੇ ਅਸੀਂ ਕਿਸੇ ਹਿੰਦੂ ਤੋਂ ਉਸਦਾ ਨਾਮ ਸੁਣ ਕੇ ਉਸਨੂੰ ਇਹ ਕੁਐਸਚਨ ਪੁੱਟ ਕਰਦੇ ਹਾਂ ਕਿ ਤੂੰ ਹਿੰਦੂ ਹੋ ਕੇ ਤੂੰ ਸ਼ਰਮਾ ਹੋ ਕੇ ਪੱਗ ਬੰਨੀ ਹੈ ਕਿਉਂ, ਦਾੜ੍ਹੀ ਰੱਖੀ ਹੈ ਕਿਉਂ? ਕੀ ਇੱਕ ਹਿੰਦੂ ਪੱਗ ਨਹੀਂ ਬਣ ਸਕਦਾ, ਦਾੜ੍ਹੀ ਨਹੀਂ ਰੱਖ ਸਕਦਾ? ਜੇ ਨਹੀਂ ਤਾਂ ਪਲੀਜ਼ ਮੈਨੂੰ ਦੱਸਿਓ, ਮੈਂ ਵਾਅਦਾ ਕਰਦਾ ਅੱਜ ਦੇ ਬਾਅਦ ਕਦੀ ਵੀ ਪੱਗ ਨਹੀਂ ਬੰਨਾਂਗਾ। ਪਲੀਜ਼ ਸਾਰਿਆਂ ਨੇ ਮੈਨੂੰ ਜਵਾਬ ਜ਼ਰੂਰ ਦਿਓ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਵੀਰ ਨੂੰ ਅਸੀਂ ਵਧਾਈ ਦਿੰਦੇ ਹਾਂ ਜੋ ਇਹ ਵੀਰ ਦਸਤਾਰ ਸਜਾਉਂਦਾ। ਦੂਜੀ ਗੱਲ ਕਿ ਇਹ ਜ਼ਰੂਰੀ ਨਹੀਂ ਕਿ ਦਸਤਾਰ ਸਿਰਫ ਸਿੱਖ ਸਜਾਵੇ ਜਾਂ ਮੁਸਲਮਾਨ। ਇਹ ਦਸਤਾਰ ਤਾਂ ਅਣਖ ਦੀ ਪ੍ਰਤੀਕ ਹੈ, ਬਹਾਦਰੀ ਦੀ ਪ੍ਰਤੀਕ ਹੈ। ਇਹ ਕੇਸ, ਇਹ ਦਸਤਾਰ ਹਰ ਇਨਸਾਨ ਨੂੰ ਬਖਸ਼ੀ ਉਸ ਮਾਲਕ ਦੀ ਦੇਣ ਹੈ, ਕਿਉਂਕਿ ਅਕਾਲ ਪੁਰਖ ਸਾਬਤ ਸੂਰਤ ਹੈ। ਸੋ ਉਸਨੇ ਆਪਣੇ ਪੈਦਾ ਕੀਤਾ ਇਨਸਾਨ ਵੀ ਸਾਬਤ ਸੂਰਤ ਬਣਾਇਆ ਹੈ ਅੱਗੋਂ ਇਨਸਾਨ ਜੇਕਰ ਉਸਦੀ ਦਾਤ ਨੂੰ ਕਟਾਵੇ ਤਾਂ ਇਹ ਮਨੁੱਖ ਦੀ ਗਲਤੀ ਹੈ, ਭੁੱਲ ਹੈ। ਤੁਸੀਂ ਕੀ ਸੋਚਦੇ ਹੋ ਕਿ ਹਿੰਦੂ ਹੋ ਕੇ ਕੋਈ ਪੱਗ ਨਹੀਂ ਬਣ ਸਕਦਾ? ਸਵਾਲ ਦਾ ਜਵਾਬ ਕਮੈਂਟ ਵਿੱਚ ਜ਼ਰੂਰ ਦਿਓ।